ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਭਗਵੰਤ ਮਾਨ ਨੂੰ ਇੰਡੀਆ ਨਿਊਜ਼ ਦੇ ਪੱਤਰਕਾਰ ਦੇ ਨਾਲ ਬਦਤਮੀਜ਼ੀ ਕਰਨਾ ਪਿਆ ਮਹਿੰਗਾ, ਹਰ ਪਾਸੇ ਹੋ ਰਹੀ ਹੈ ਭਗਵੰਤ ਮਾਨ ਦੀ ਕਰਤੂਤ ਦੀ ਨਿੰਦਾ। ਸੁਖਬੀਰ ਬਾਦਲ ਨੂੰ ਤੁਸੀਂ ਸੀਰੀਅਸ ਲਈ ਜਾਂਦੇ ਹੋ ਯਾਰ, ਮੰਦਬੁੱਧੀ ਬੱਚਾ ਉਹ। ਨਹੀਂ ਨਹੀਂ ਤੁਸੀਂ ਹੋਰ ਸਵਾਲ ਕਰੋ ਯਾਰ, ਕੋਈ ਤੂੰ ਠੀਕ ਕਰਿਆ ਸਾਰੇ ਸਵਾਲਾਂ ਦਾ। ਹਾਂ ਫਿਰ ਕੀ ਗੱਲ ਬਣੀ? ਦੇਖੋ ਗੱਲ ਕਿਆ, ਭਗਵੰਤ ਮਾਨ ਦੀ ਸ਼ੁੱਧ ਆਦਤ ਹੈਗੀ ਆ, ਉਹ ਕਿਸੇ ਨਾ ਕਿਸੇ ਬਸੂਲੀ ਕਰਦਾ ਹੈਗਾ, ਲੇਕਿਨ ਹੁਣ ਉਹ ਉਹਦਾ ਨਾ ਬਿਲਕੁਲ ਆਪਣੀ ਮਿਆਰ ਕੱਟ ਗਈ ਬਾਹਰ ਹੀ। ਉਹਨੇ ਆਹ ਜਿਹੜਾ ਗੜਬੜਾ ਹੋਇਆ ਉਹਦਾ ਪੱਤਰਕਾਰ ਨਾਲ, ਉਹਦੀ ਲੜਾਈ ਹੋਈ ਆ, ਉਹ 'ਚ ਸਾਫ ਪਤਾ ਲੱਗਦਾ ਵੀ ਉਹ ਐਡੀ ਵੱਡੀ ਸੰਸਥਾ ਦਾ ਮੈਂਬਰ ਹੈ, ਮੈਂਬਰ ਦੂਜੀ ਵਾਰੀ ਮੈਂਬਰ ਐਮ ਪੀ ਬਣਿਆ, ਮੈਂਬਰ ਬਣਿਆ, ਉਹ ਫਿਰ ਉਹ ਇੱਕ ਬਸ ਰੂਟ ਕਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਤੁਸੀਂ ਸਭ ਆਖੋਬੀ ਜਾਣਦੇ ਹੋ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਤੋਂ ਸੰਸਦ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਇੰਡੀਆ ਨਿਊਜ਼ ਪੰਜਾਬ ਦੇ ਪੱਤਰਕਾਰ ਗਗਨਦੀਪ ਸਿੰਘ ਦੇ ਨਾਲ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਗਗਨਦੀਪ ਵੱਲੋਂ ਇੱਕ ਨੋਰਮਲ ਜਿਹਾ ਸਵਾਲ ਪੁੱਛਿਆ ਗਿਆ ਤਾਂ ਭਗਵੰਤ ਮਾਨ ਨੇ ਬੜੀ ਹੀ ਬਦਤਮੀਜ਼ੀ ਦੇ ਨਾਲ ਉਸ ਦਾ ਜਵਾਬ ਦਿੱਤਾ, ਜਿਸ ਨੂੰ ਲੈ ਕੇ ਹੁਣ ਪੱਤਰਕਾਰ ਭਾਈਚਾਰੇ ਦੇ ਵਿੱਚ ਤਾਂ ਗੁੱਸਾ ਹੈ ਹੀ, ਨਾਲ ਹੀ ਹਰ ਪ੍ਰੈਸ ਕਲੱਬ ਵੱਲੋਂ ਅਤੇ ਸਿਆਸੀ ਧਿਰਾਂ ਵੱਲੋਂ ਵੀ ਇਸ ਨੂੰ ਨਿੰਦਿਆ ਜਾ ਰਿਹਾ ਹੈ। ਹਾਲ ਹੀ ਦੇ ਵਿੱਚ ਲੁਧਿਆਣਾ ਪ੍ਰੈਸ ਕਲੱਬ ਵੱਲੋਂ ਰਾਜਪਾਲ ਬੀਬੀ ਬਿਧਨੌਰ ਦੇ ਨਾਮ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਆਖਿਆ ਜਾਂਦਾ ਹੈ, ਜੋ ਸਮੇਂ ਸਮੇਂ ਤੇ ਲੋਕਤੰਤਰ ਦੀ ਸੁਤੰਤਰਤਾ ਦੀ ਰੱਖਿਆ ਕਰਦਾ ਹੈ, ਸਮਾਜ ਵਿਰੋਧੀ ਤਾਕਤਾਂ ਦੇ ਖਿਲਾਫ ਸੰਘਰਸ਼ ਕਰਦਾ ਹੈ ਅਤੇ ਪੱਤਰਕਾਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲਗਾਤਾਰ ਆਪਣੇ ਫਰਜ਼ ਨਿਭਾਉਂਦੇ ਰਹਿੰਦੇ ਨੇ। ਪਰ ਅਫਸੋਸ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇੰਡੀਅਨ ਨਿਊਜ਼ ਪੰਜਾਬ ਦੇ ਪੱਤਰਕਾਰ ਗਗਨਦੀਪ ਸਿੰਘ ਦੇ ਨਾਲ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਅਜਿਹੀ ਉੱਚੀ ਹਰਕਤ ਕੀਤੀ ਹੈ। ਹੋਰ ਕੀ ਕੁਛ ਕਿਹਾ, ਆਓ ਮਾਰਦੇ ਇੱਕ ਨਜ਼ਰ। ਦੇਖੋ ਗੱਲ ਇੱਦਾਂ ਹੈ, ਭਗਵੰਤ ਮਾਨ ਦੀ ਸ਼ੁਰੂ ਤੋਂ ਹੀ ਆਦਤ ਹੈਗੀ ਆ, ਉਹ ਕਿਸੇ ਨਾ ਕਿਸੇ ਬਸਰੂ ਕੀ ਕਰਦਾ ਹੈਗਾ, ਲੇਕਿਨ ਹੁਣ ਉਹ ਉਹਦਾ ਨਾ ਬਲਕਿ ਬਿਲਕੁਲ ਆਪਣੀ ਮਿਆਨ ਕੱਢ ਦਈ ਉਹਨੇ ਬਾਹਰ ਹੀ। ਉਹਨੇ ਆਹ ਜਿਹੜਾ ਖੈਬੜਾ ਹੋਇਆ ਉਹਦਾ ਪੱਤਰਕਾਰ ਨਾਲ, ਉਹਦੀ ਲੜਾਈ ਹੋਈ ਹੈ, ਉਹ 'ਚ ਸਾਫ ਪਤਾ ਲੱਗਦਾ ਵੀ ਉਹ ਇੱਕ ਐਡੀ ਵੱਡੀ ਸੰਸਥਾ ਦਾ ਮੈਂਬਰ ਹੈ, ਮੈਂਬਰ ਦੂਜੀ ਵਾਰੀ ਮੈਂਬਰ ਐਮ ਪੀ ਬਣਿਆ, ਮੈਂਬਰ ਬਣਿਆ, ਉਹ ਫਿਰ ਉਹ ਇੱਕ ਬਸਰੂ ਕੀ ਕਰਦਾ। ਇਹ ਚੰਗੀ ਨਹੀਂ ਹੈਗੀ। ਅਸੀਂ ਸਾਰੇ ਅੱਜ ਲੁਧਿਆਣਾ ਦੇ ਵੱਡੇ ਪੱਤਰਕਾਰ, ਛੋਟੇ ਪੱਤਰਕਾਰ ਸਾਰੇ ਇਕੱਠੇ ਹੋਏ ਹਾਂ। ਡੀ ਸੀ ਸਾਹਿਬ ਨੂੰ ਮੋਰਿੰਡੋ ਦਿੱਤਾ ਵੀ ਗਵਰਨਰ ਸਾਹਿਬ ਨੂੰ ਭੇਜੋ, ਡੀ ਸੀ ਸਾਹਿਬ ਨੂੰ ਕਿਹਾ ਵੀ ਪ੍ਰੈਸ ਕਲੱਬ ਵੱਲੋਂ ਡੀ ਸਾਹਿਬ ਨੂੰ ਦਿੱਤਾ ਵੀ ਇਹ ਗਵਰਨਰ ਸਾਹਿਬ ਨੂੰ ਭੇਜੋ, ਗਵਰਨਰ ਸਾਹਿਬ ਉਹ ਲੋਕ ਸਭਾ ਦੇ ਸਪੀਕਰ ਨੂੰ ਭੇਜਣਗੇ, ਲੋਕ ਸਭਾ ਦੇ ਸਪੀਕਰ ਉਹ ਅਸੀਂ ਮੰਗ ਕਰਦੇ ਹਾਂ ਉੱਥੇ ਪਰਚਾ ਰਜਿਸਟਰ ਕਰਨ ਦੀ ਸਾਨੂੰ ਦਿੱਤੀ ਜਾਵੇ ਇਜਾਜ਼ਤ,
ਨੰਬਰ 1 ਨੰਬਰ 2 ਉਹਨੂੰ ਪਾਰਲੀਮੈਂਟ 'ਚੋਂ ਪਨਿਸ਼ਮੈਂਟ ਦਿੱਤੀ ਜਾਵੇ, ਉਹਨੂੰ ਮਾਫੀਨਾਮਾ ਕਰਾਇਆ ਜਾਵੇ। ਔਰ ਜਿਹੜੇ ਪੱਤਰ ਉਹ ਸਭ ਪੱਤਰਾਂ ਦਾ ਵੀਡੀਓ ਦੇਖ ਕੇ ਵੀ ਪੱਤਰਕਾਰ ਨੇ ਕੋਈ ਐਸਾ ਸਵਾਲ ਨਹੀਂ ਗਲਤ ਕੀਤਾ ਸੀ ਜਿਹਦੇ ਨਾਲ ਕੋਈ ਉਹ ਤੁਹੀਨ ਹੋਵੇ ਕਿਸੇ ਦੀ। ਉਹਨੇ ਤਾਂ ਸਾਫ਼ ਕਿਹਾ ਸੀ ਬਈ ਸੁਖਬੀਰ ਬਾਦਲ ਜੀ ਧਰੇ ਲਾ ਰਹੇ ਨੇ, ਸੁਖਬੀਰ ਬਾਦਲ ਜੀ ਉਹ ਕਹਿੰਦੇ ਤੂੰ ਸੁਖਬੀਰ ਬਾਦਲ ਦਾ ਸਵਾਲ ਕਿਉਂ ਕਰ ਰਿਹਾ। ਦੇਖੋ ਅਸੀਂ ਜਿਹੜੇ ਪੱਤਰਕਾਰ ਨੇ ਇਹ ਯਾਦ ਹੈਗੇ ਆ, ਇਹ ਕਿਸੇ ਵੀ ਗੱਲ ਪੁੱਛ ਸਕਦੇ ਆ, ਇਹ ਕਾਂਗਰਸ ਨੂੰ ਵੀ ਪੁੱਛ ਸਕਦੇ ਆ, ਅਕਾਲੀ ਦਲ ਨੂੰ ਪੁੱਛ ਸਕਦੇ ਆ, ਆਮ ਆਦਮੀ ਪਾਰਟੀ ਤੋਂ। ਆਮ ਆਦਮੀ ਪਾਰਟੀ ਦਾ ਵਜੂਦ ਤਾਂ ਹੈ ਨਹੀਂ ਇੱਥੇ, ਇਹਨਾਂ ਪੰਜਾਬ ਜਨਰਲ ਪਤਾ ਦੇਖ ਰਹੇ, ਫਿਰ ਇਹੋ ਜਿਹੀ ਗੱਲਾਂ ਕਰਕੇ ਮੀਡੀਆ ਵਿੱਚ ਆਉਣਾ ਚਾਹੁੰਦੇ। ਦੇਖੋ ਜੀ, ਗੱਲ ਇਹ ਜਿਹੜਾ ਭਗਵੰਤ ਮਾਨ ਹੈਗਾ ਇਹਦੀਆਂ ਜਿਹੜੀਆਂ ਸਭ ਨੂੰ ਪਤਾ ਕਿ ਵੀ ਇਹਦੀ ਆਦਤਾਂ ਕਿੱਦਾਂ ਦੀ ਹੈਗੀਆਂ, ਪਰ ਹੁਣ ਇਹ ਖੁਦ ਮੀਡੀਆ ਦੇ ਅੱਗੇ ਆ ਕੇ ਇੱਦਾਂ ਦੀ ਗੱਲਾਂ ਕਰਨ ਲੱਗ ਗਿਆ, ਕਿਉਂਕਿ ਪੱਤਰਕਾਰ ਅਤੇ ਜਨ ਪ੍ਰਤੀਨਿਧੀ ਇਹ ਜੋ ਦੋਨਾਂ ਵਿੱਚ ਸਵਾਲ ਅਤੇ ਜਵਾਬ ਦਾ ਇੱਕ ਬਹੁਤ ਵੱਡੀ ਕੜੀ ਹੈਗੀ ਹੈ। ਜੇ ਆਪਾਂ ਸਵਾਲ ਤੋਂ ਹੀ ਭੱਜਣ ਲੱਗ ਜਾਵਾਂਗੇ ਮਤਲਬ ਇਹ ਹੋ ਗਿਆ ਆਪਾਂ ਜਨਤਾ ਤੋਂ ਭੱਜਣ ਲੱਗ ਗਏ। ਹੁਣ ਜਿਹੜਾ ਇਹਨੇ ਭਗਵੰਤ ਮਾਨ ਨੇ ਜੋ ਇਹ ਐਪੀਸੋਡ ਕੀਤਾ ਇਹ ਹੁਣ ਸਭ ਤੋਂ ਜਗ ਜ਼ਾਹਿਰ ਹੋ ਚੁੱਕਾ। ਹੁਣ ਇਹਦੇ ਵਿੱਚ ਸਾਰਾ ਨਾਲੋਂ ਵੱਡੀ ਗੱਲ ਇਹ ਹੈ ਕਿ ਉਹਨੂੰ ਸਜ਼ਾ ਕੀ ਮਿਲਦਾ, ਸਿੱਧਾ ਲੋਕ ਤੰਤਰ 'ਤੇ ਇੱਕ ਹਮਲਾ ਉਹਦੇ ਵੱਲੋਂ ਕੀਤਾ ਗਿਆ ਅਤੇ ਉਹਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ, ਉਹਨੂੰ ਸੰਸਦ 'ਚ ਵੀ ਮਿਲਣੀ ਚਾਹੀਦੀ ਹੈ, ਅਤੇ ਮੇਨ ਹੈ ਕਿ ਵੀ ਉਹਨੂੰ ਮੀਡੀਆ ਦੇ ਅੱਗੇ ਆ ਕੇ ਖੁਦ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਮੈਂ ਜੋ ਕੀਤਾ ਉਹ ਗਲਤ ਕੀਤਾ। ਉਹਦਾ ਹੱਕ ਹੈ, ਚਾਹੇ ਉਹ ਲੀਡਰ ਹੈ, ਚਾਹੇ ਕੋਈ ਵੀ ਮੁੱਦਾ, ਉਸਦਾ ਸਵਾਲ ਕਰਨਾ। ਜਿਸ ਤਰ੍ਹਾਂ ਦੇ ਨਾਲ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਹੈ ਉਹ ਕਾਫ਼ੀ ਨਿੰਦਣਯੋਗ ਹੈ, ਔਰ ਅਸੀਂ ਇਸੇ ਨੂੰ ਲੈ ਕੇ ਇੱਕ ਮੈਮੋਰੈਂਡਮ ਦਿੱਤਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ। ਇਹ ਪੰਜਾਬ ਦੇ ਵਿੱਚ ਸਾਰੇ ਪੱਤਰਕਾਰ ਜਿਹੜੇ ਨੇ ਉਹ ਭਗਵੰਤ ਮਾਨ ਦੇ ਖਿਲਾਫ਼ ਮੈਮੋਰੈਂਡਮ ਦੇ ਰਹੇ ਨੇ DC ਦਫ਼ਤਰਾਂ ਦੇ ਅੰਦਰ ਜਾ ਕੇ। ਸੋ ਹੱਕ ਹੈ ਸਾਡਾ ਸਵਾਲ ਪੁੱਛਣਾ, ਪਰ ਲੀਡਰਾਂ ਦੀ ਜਿਹੜੀ ਇਹੋ ਜਿਹੀ ਬਦਸਲੂਕੀ ਪੱਤਰਕਾਰ ਨਾਲ ਕਰਨਾ ਉਹ ਕਾਫ਼ੀ ਨਿੰਦਣਯੋਗ ਹੈ। ਇਹੋ ਜਿਹੀਆਂ ਜਦੋਂ ਤਸਵੀਰਾਂ ਸਾਹਮਣੇ ਆਉਂਦੀਆਂ ਤਾਂ ਇਹ ਕਾਫ਼ੀ ਜਿਹੜਾ ਇਹ ਸਮਾਜ ਦੇ ਵਿੱਚ ਇਸ ਦਾ ਮੈਸੇਜ ਵੀ ਗਲਤ ਜਾਂਦਾ। ਸੋ ਭਗਵੰਤ ਮਾਨ ਇੱਕ ਮੈਂਬਰ ਪਾਰਲੀਮੈਂਟ ਹੈ, ਔਰ ਕੇਜਰੀਵਾਲ ਨੂੰ ਅਸੀਂ ਅਪੀਲ ਕਰਦੇ ਹਾਂ ਕਿਉਂਕਿ ਉਹ ਦਿੱਲੀ ਦੇ ਮੁੱਖ ਮੰਤਰੀ ਹੈ, ਕਿਉਂਕਿ ਉਹਨਾਂ ਦੀ ਪਾਰਟੀ ਤੋਂ MP ਹੈ, ਕਿ ਉਹ ਸਖ਼ਤ ਤੋਂ ਸਖ਼ਤ ਭਗਵੰਤ ਮਾਨ 'ਤੇ ਕਾਰਵਾਈ ਕਰਨ। ਦੇਖੋ, ਬਾਈਕਾਟ ਅਗਰ ਸਾਰੀ ਜਿੰਨੀ ਵੀ ਮੀਡੀਆ ਪੰਜਾਬ ਦੀ ਅਗਰ ਉਹ ਐਲਾਨ ਕਰਦੀ ਹੈ ਇੱਕ ਸੁਰ ਦੇ ਵਿੱਚ ਕਿ ਭਗਵੰਤ ਮਾਨ ਦੀਆਂ ਖਬਰਾਂ ਦਾ ਬਾਈਕਾਟ ਕਰਨਾ ਚਾਹੀਦਾ, ਸੋ ਕਰਨਾ ਚਾਹੀਦਾ। ਅਗਰ ਉਹ ਇਹੋ ਜਿਹੀ ਬਸਲੁੱਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪੱਤਰਕਾਰਾਂ ਨਾਲ ਕਰਦਾ ਤਾਂ ਬਾਈਕਾਟ ਜ਼ਰੂਰ ਕਰਨਾ ਚਾਹੀਦਾ ਭਗਵੰਤ ਮਾਨ ਦਾ। ਉਸ ਦੀਆਂ ਖਬਰਾਂ ਜਿਹੜੀਆਂ ਨੇ ਉਹ ਕਦੀ ਵੀ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਸਬਕ ਮਿਲਣਾ ਚਾਹੀਦਾ ਇਹੋ ਜਿਹੇ ਲੀਡਰਾਂ ਨੂੰ ਜਦੋਂ ਪੱਤਰਕਾਰਾਂ ਨਾਲ ਇਹੋ ਜਿਹੀ ਬਸਲੁੱਕੀ ਕਰਦੇ ਨੇ। ਦੇਖੀਏ, ਜੋ ਮੀਡੀਆ ਹੈ ਉਹ ਫੋਰਥ ਪਿੱਲਰ ਹੈ ਜੋ ਲੋਕਤੰਤਰ ਕਾ, ਔਰ ਮੈਂ ਸਿੱਧਾ ਸਿੱਧਾ ਕਹਿਤਾ ਹੂੰ, ਭਗਵੰਤ ਮਾਨ ਕੋ ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਪਹਿਲੇ ਵੀ ਐਸੀ ਹਰਕਤਾਂ ਹੋ ਚੁੱਕੀਆਂ ਹੈ। ਹਮਾਰਾ ਯਹੀ ਕਹਿਣਾ ਹੈ ਕਿ ਪੱਤਰਕਾਰ ਜੋ ਹੈ ਵੋ ਉਨਕਾ ਕਾਮ ਹੈ ਸਵਾਲ ਪੁੱਛਣਾ, ਔਰ ਯਦਿ ਪੱਤਰਕਾਰ ਸਵਾਲ ਨਹੀਂ ਪੁੱਛੇਗਾ ਤੋ ਵੋ ਲੋਕਤੰਤਰ ਕੀ ਰਕਸ਼ਾ ਜੋ ਉਸਕੋ ਇੱਕ ਜ਼ਿੰਮੇਦਾਰੀ ਸੰਵਿਧਾਨ ਕੀ ਤਰਫ ਸੇ ਮਿਲੀ ਹੈ ਵੋ ਕੈਸੇ ਕਰੇਗਾ। ਤੋ ਮੇਰਾ ਹਮੇਸ਼ਾ ਯਹੀ ਕਹਿਣਾ ਹੈ ਕਿ ਜੋ ਆਮ ਆਦਮੀ ਪਾਰਟੀ ਹੈ, ਇਸਕੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਜੋ ਖੁਦ ਕੋ ਕਹਤੇ ਹੈ ਕਿ ਲੋ ਲੋਕਤੰਤਰ ਕੇ ਪ੍ਰਹਿਰੀ ਹੈ, ਤੋ ਲੋਕਤੰਤਰ ਕੇ ਪ੍ਰਹਿਰੀ ਕੇ ਜੋ ਆਪਣੇ ਪਾਰਟੀ ਕੇ ਜੋ ਪੰਜਾਬ ਕੇ ਪ੍ਰਮੁੱਖ ਹੈ ਵੋ ਕਿਆ ਇਸ ਤਰ੍ਹਾਂ ਕੀ ਹਰਕਤਾਂ ਕਰੇਂਗੇ? ਕਿਆ ਉਨਕੇ ਲੀਏ ਕਿਆ ਇਹ ਜ਼ਿੰਮੇਦਾਰੀ ਬਣਤੀ ਕਿ ਅਰਵਿੰਦ ਕੇਜਰੀਵਾਲ ਕੋ ਇਹ ਨਹੀਂ ਪਤਾ ਲੱਗਦਾ ਕਿ ਭਗਵੰਤ ਮਾਨ ਕਿਸ ਤਰ੍ਹਾਂ ਕੀ ਹਰਕਤਾਂ ਕਰ ਰਹੇ ਹੈ? ਤੋ ਲੋਕ ਸਭਾ ਮੇ ਜੋ ਸਪੀਕਰ ਹੈ ਹਮਾਰੀ ਉਨਸੇ ਵੀ ਅਪੀਲ ਹੈ, ਔਰ ਜੋ ਯਹਾਂ ਕੇ ਪ੍ਰਸ਼ਾਸਨ ਜੋ ਪ੍ਰਮੁੱਖ ਹੈ ਆਮ ਆਦਮੀ ਪਾਰਟੀ ਕੇ ਯਹਾਂ ਕੇ ਲੋਕ ਸਭਾ ਕੇ ਇੰਚਾਰਜ ਹੈ, ਉਨਸੇ ਵੀ ਅਪੀਲ ਹੈ ਕਿ ਇਨਪੇ ਸਖ਼ਤ ਸੇ ਸਖ਼ਤ ਕਾਰਵਾਈ ਕੀ ਜਾਏ ਤਾਂ ਕਿ ਆਗੇ ਸੇ ਲੋਕਤੰਤਰ ਪਰ ਹਮਲਾ ਇਸ ਪ੍ਰਕਾਰ ਕੋਈ ਵੀ ਕਲਮ ਕੇ ਸਿਪਾਹੀਓ ਪਰ ਨਾ ਕਰ ਸਕੇ। ਧੰਨਵਾਦ।
ਗੁਰਪਿਆਰੋ, ਜਿੱਥੇ ਹਰ ਪੱਤਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਪੱਤਰਕਾਰਤਾ ਸੱਚਾਈ ਤੇ ਇਮਾਨਦਾਰੀ ਦੇ ਨਾਲ ਕਰੇ, ਉੱਥੇ ਹੀ ਹਰ ਪੋਲੀਟੀਕਲ ਬੰਦੇ ਅਤੇ ਹਰ ਸਰਕਾਰੀ ਅਹੁਦੇਦਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਪੱਤਰਕਾਰਾਂ ਦੀ ਇੱਜ਼ਤ ਕਰੇ, ਕਿਉਂਕਿ ਪੱਤਰਕਾਰ ਉਹ ਨੇ ਜੋ ਦੁਨੀਆ ਦੇ ਸਾਹਮਣੇ ਦੁਨੀਆ ਦੀਆਂ ਗਤੀਵਿਧੀਆਂ ਰੱਖਦੇ ਨੇ। ਅਤੇ ਜੇਕਰ ਪੱਤਰਕਾਰਾਂ ਦੇ ਨਾਲ ਹੀ ਬਦਤਮੀਜ਼ੀ ਕੀਤੀ ਜਾਵੇਗੀ, ਬਦਸਲੂਕੀ ਕੀਤੀ ਜਾਵੇਗੀ, ਤਾਂ ਇਸ ਦਾ ਅੰਜਾਮ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਉਸ ਹਰ ਇਨਸਾਨ ਨੂੰ ਭੋਗਣਾ ਹੋਵੇਗਾ ਜੋ ਵੀ ਪੱਤਰਕਾਰਾਂ ਦੇ ਨਾਲ ਬਦਤਮੀਜ਼ੀ ਕਰਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਅਲੱਗ ਅਲੱਗ ਅਖਬਾਰਾਂ ਅਤੇ ਕਈ ਵੱਡੇ ਟੀਵੀ ਚੈਨਲਸ ਦੇ ਸੀਨੀਅਰ ਪੱਤਰਕਾਰ ਵੀ ਮੌਜੂਦ ਰਹੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਮਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ, ਗੱਲ ਇੱਦਾਂ ਹੈ, ਭਗਵੰਤ ਮਾਨ ਦੀ ਸ਼ੁਰੂ ਤੋਂ ਆਦਤ ਹੈਗੀ ਆ ਉਹ ਕਿਸੇ ਨਾ ਕਿਸੇ ਬਦਸਲੂਕੀ ਕਰਦਾ ਹੈਗਾ, ਲੇਕਿਨ ਹੁਣ ਉਹ ਉਹਦਾ ਨਾ ਬਲਕਿ ਬਿਲਕੁਲ ਆਪਣੀ ਬਿਆਨ ਕੱਢਦੀ ਉਹਨੇ ਬਾਹਰ ਹੀ, ਉਹਨੇ ਇਹ ਜਿਹੜਾ ਖੈਬੜਾ ਹੋਇਆ ਉਹਦਾ ਪੱਤਰਕਾਰ ਨਾਲ ਉਹਦੀ ਲੜਾਈ ਹੋਈ ਹੈ, ਉਹ 'ਚ ਸਾਫ਼ ਪਤਾ ਲੱਗਦਾ ਵੀ ਉਹ ਇੱਕ ਐਡੀ ਵੱਡੀ ਸੰਸਥਾ ਦਾ ਮੈਂਬਰ ਹੈ, ਦੂਜੀ ਵਾਰੀ MP ਬਣਿਆ, ਮੈਂਬਰ ਬਣਿਆ, ਉਹ ਫਿਰ ਉਹ ਬਦਸਲੂਕੀ ਕਰਦਾ। ਇਹ ਚੰਗੀ ਨਹੀਂ ਹੈਗੀ। ਅਸੀਂ ਸਾਰੇ ਅੱਜ ਲੁਧਿਆਣਾ ਦੇ ਵੱਡੇ ਪੱਤਰਕਾਰ, ਛੋਟੇ ਪੱਤਰਕਾਰ ਸਾਰੇ ਇਕੱਠੇ ਹੋਏ ਹਾਂ। DC ਸਾਹਿਬ ਨੂੰ ਮਨੋਡੋ ਦਿੱਤਾ ਵੀ ਗਵਰਨਰ ਸਾਹਿਬ ਨੂੰ ਭੇਜੋ, DC ਸਾਹਿਬ ਨੂੰ ਕਿਹਾ ਵੀ ਪ੍ਰੈਸ ਕਲੱਬ ਵੱਲੋਂ DC ਸਾਹਿਬ ਨੂੰ ਦਿੱਤਾ ਵੀ ਇਹ ਗਵਰਨਰ ਸਾਹਿਬ ਨੂੰ ਭੇਜੋ, ਗਵਰਨਰ ਸਾਹਿਬ ਉਹ ਲੋਕ ਸਭਾ ਦੇ ਸਪੀਕਰ ਨੂੰ ਭੇਜਣਗੇ, ਲੋਕ ਸਭਾ ਦੇ ਸਪੀਕਰ ਉਹ ਅਸੀਂ ਮੰਗ ਕਰਦੇ ਹਾਂ ਉੱਥੇ ਪਰਚਾ ਰਜਿਸਟਰ ਕਰਨ ਦੀ ਸਾਨੂੰ ਦਿੱਤੀ ਜਾਵੇ ਇਜਾਜ਼ਤ, ਨੰਬਰ 1। ਨੰਬਰ 2, ਉਹਨੂੰ ਪਾਰਲੀਮੈਂਟ 'ਚੋਂ ਪਨਿਸ਼ਮੈਂਟ ਦਿੱਤੀ ਜਾਵੇ, ਉਹਨੂੰ ਮਾਫ਼ੀਨਾਮਾ ਕਰਾਇਆ ਜਾਵੇ। ਔਰ ਜਿਹੜੇ ਪੱਤਰ ਉਹ ਸਭ ਪਤਾ ਲੱਗਦਾ ਵੀਡੀਓ ਦੇਖ ਕੇ ਵੀ ਪੱਤਰਕਾਰ ਨੇ ਕੋਈ ਐਸਾ ਸਵਾਲ ਨਹੀਂ ਗਲਤ ਕੀਤਾ ਸੀ ਜਿਹਦੇ ਨਾਲ ਕੋਈ ਉਹ ਤੋਹੀਨ ਹੋਵੇ ਕਿਸੇ ਦੀ। ਉਹਨੇ ਤਾਂ ਸਾਫ਼ ਕਿਹਾ ਸੀ ਵੀ ਸੁਬੀਰ ਬਾਦਲ ਜੀ ਧਰਨੇ ਲਾ ਰਹੇ ਨੇ, ਸੁਬੀਰ ਬਾਦਲ ਜੀ, ਉਹ ਕਹਿੰਦੇ ਤੂੰ ਸੁਬੀਰ ਬਾਦਲ ਦਾ ਸਵਾਲ ਕਿਉਂ ਕਰ ਰਿਹਾ? ਦੇਖੋ, ਅਸੀਂ ਜਿਹੜੇ ਪੱਤਰਕਾਰ ਨੇ ਆਜ਼ਾਦ ਹੈਗੇ ਆ, ਇਹ ਕਿਸੇ ਵੀ ਗੱਲ ਪੁੱਛ ਸਕਦੇ ਆ, ਇਹ ਕਾਂਗਰਸ ਨੂੰ ਵੀ ਪੁੱਛ ਸਕਦੇ ਆ, ਅਕਾਲੀ ਦਲ ਨੂੰ ਵੀ ਪੁੱਛ ਸਕਦੇ ਆ, ਆਮ ਆਦਮੀ ਪਾਰਟੀ ਤੋਂ। ਆਮ ਆਦਮੀ ਪਾਰਟੀ ਦਾ ਵਜੂਦ ਤਾਂ ਹੈ ਨਹੀਂ ਇੱਥੇ, ਇਹਨਾਂ ਪੰਜਾਬ 'ਚ ਇਹਨਾਂ ਨੂੰ ਪਤਾ ਦੇਖ ਰਹੇ, ਫਿਰ ਇਹੋ ਜਿਹੀ ਗੱਲਾਂ ਕਰਕੇ ਮੀਡੀਆ ਵਿੱਚ ਆਉਣਾ ਚਾਹੁੰਦੇ ਆ। ਦੇਖੋ ਜੀ, ਗੱਲ ਇਹ ਜਿਹੜਾ ਭਗਵੰਤ ਮਾਨ ਹੈਗਾ ਇਹਦੀਆਂ ਜਿਹੜੀਆਂ ਸਭ ਨੂੰ ਪਤਾ ਕਿ ਵੀ ਇਹਦੀ ਆਦਤਾਂ ਕਿੱਦਾਂ ਦੀ ਹੈਗੀਆਂ, ਪਰ ਹੁਣ ਇਹ ਖੁਦ ਮੀਡੀਆ ਦੇ ਅੱਗੇ ਆ ਕੇ ਇੱਦਾਂ ਦੀ ਗੱਲਾਂ ਕਰਨ ਲੱਗ ਗਿਆ, ਕਿਉਂਕਿ ਪੱਤਰਕਾਰ ਅਤੇ ਜਨ ਪ੍ਰਤੀਨਿਧੀ ਇਹ ਜੋ ਦੋਨਾਂ ਵਿੱਚ ਸਵਾਲ ਅਤੇ ਜਵਾਬ ਦਾ ਇੱਕ ਬਹੁਤ ਵੱਡੀ ਕੜੀ ਹੈਗੀ ਹੈ। ਜੇ ਆਪਾਂ ਸਵਾਲ ਤੋਂ ਹੀ ਭੱਜਣ ਲੱਗ ਜਾਵਾਂਗੇ, ਮਤਲਬ ਇਹ ਹੋ ਗਿਆ ਆਪਾਂ ਜਨਤਾ ਤੋਂ ਭੱਜਣ ਲੱਗ ਗਏ। ਹੁਣ ਜਿਹੜਾ ਇਹਨੇ ਭਗਵੰਤ ਮਾਨ ਨੇ ਜੋ ਇਹ ਐਪੀਸੋਡ ਕੀਤਾ ਹੈ, ਇਹ ਹੁਣ ਸਭ ਤੋਂ ਜਗ ਜ਼ਾਹਿਰ ਹੋ ਚੁੱਕਾ। ਹੁਣ ਇਹਦੇ ਵਿੱਚ ਸਭ ਨਾਲ ਵੱਡੀ ਗੱਲ ਇਹ ਹੈ ਕਿ ਉਹਨੂੰ ਸਜ਼ਾ ਕੀ ਮਿਲਦਾ? ਸਿੱਧਾ ਲੋਕਤੰਤਰ 'ਤੇ ਇੱਕ ਹਮਲਾ ਉਹਦੇ ਵੱਲੋਂ ਕੀਤਾ ਗਿਆ ਅਤੇ ਉਹਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ।